ਚੋਰਾਂ ਨੂੰ ਕੋਈ ਪੜਵਾਉ ਨਹੀਂ, ਜਿਹਨੂੰ ਜਿਹਨੂੰ ਕੋਈ ਪਚਾਸ ਜਾਂ ਚੋਰਾਂ ਦੀ ਕੋਈ ਕਾਰੋਬਾਰ ਜਿਹਨੂੰ ਕਰੇ, ਇਹਨੂੰ ਜੇ ਤੁਹਾਨੂੰ ਮਾਰੋ ਤਾਂ ਰਹਿਣਾ ਕਰਨੀ। ਅੱਜ ਸੋਨਾ ਲੈ ਗਿਆ, ਰੁਪਈਆ ਲੈ ਗਿਆ, ਸਭ ਕੁਛ ਲੈ ਗਿਆ, ਕੱਲ੍ਹ ਮੈਂਸ ਵੀ ਲੈ ਜਾਣੀ, ਪਸ਼ੂ ਵੀ ਲੈ ਜਾਣਾ, ਡੰਗਰ ਵੀ ਲੈ ਜਾਣਾ, ਇਹਨਾਂ ਦਾ ਬੱਚਾ ਨਾ ਰਾਤ ਮਾਰ ਜਾਏਗਾ, ਸਪਰੇ ਕਰ ਕਰ ਸੁੱਟਿਆ ਕਰਿਆ, ਕਿਆ ਯਕੀਨ ਆਉਣਾ, ਕਿੰਨਾ ਜਾਣਾ ਮਾਰੇ ਦਾ ਕੋਈ ਵਿਹਲੀ ਹੋਈ ਨਹੀਂ। ਬਿਲਾਲ ਦੇਣ ਚੋਰੀ ਹੋਈ, ਅਸੀਂ ਸੁੱਤੇ ਦੇ ਚਾਰ ਘਰ ਲੁੱਟ ਕੇ ਲਏ, ਕੋਈ ਪਤਾ ਨਹੀਂ ਚੱਲਿਆ, ਸੋਨਾ ਗਹਿਣਾ ਜੋ ਵੀ ਪੈਸਾ ਧੇਲਾ ਦਾ ਸਾਰਾ ਚੱਲ ਗਿਆ। ਕੁੜੀ ਦਾ ਵਿਆਹ ਰੱਖਿਆ ਹੀ ਸੀ, ਆਹੋ ਰਾਤੀ ਜਾ ਕੇ ਨਾ ਕੱਲ੍ਹ ਪੈਸੇ ਲਿਆ ਗਿਆ ਸੀ ਰੱਖੇ ਤੇ, ਆਦਾ ਉਹ ਲੈ ਗਏ ਲੁੱਟ ਲੱਟ ਕੇ, ਤਾਂ ਹੁਣ ਕਾਹਦਾ ਵਿਆਹ, ਗਰੀਬ ਮਾਰੇ। ਗਰੀਬਾਂ ਦੇ ਇਮਦਾਦ ਕਰੋ, ਹੁਣ ਚੋਰ ਅਸੀਂ ਤੇ ਫੜੇ ਨੀ ਗਏ, ਤੁਸੀਂ ਫੜੋ, ਜੇ ਫੜਾਂਦੇ ਤਾਂ ਨਹੀਂ ਤਾਂ ਸਾਨੂੰ ਇਮਦਾਦ ਕਰੋ, ਅਸੀਂ ਗਰੀਬ ਮਾਰੇ ਗਏ। ਕੀ ਹੋਇਆ ਸੀ? ਅਸੀਂ ਰਾਤੀ ਇੱਥੇ ਸੁੱਤੇ ਸੀਗੇ ਤੇ ਸਵੇਰ ਦੇਖਣ ਲੱਗਾ ਸਾਰੇ ਸਮਾਨ ਬੰਨ ਤੇ ਪਿਆ ਸੀਗਾ, ਤੇ ਗਹਿਣੇ ਗੁਣੇ ਸੀਗੇ ਤੇ 60,000 ਰੁਪਏ ਸੀਗਾ। ਪੈਸੇ ਗਹਿਣੇ ਕਿਸ ਵਾਸਤੇ ਬਣਾਏ ਸੀਗੇ? ਮੇਰੇ ਵਾਸਤੇ, ਹਾਂਜੀ ਵਿਆਹ ਸੀਗਾ, ਤੇ ਪੈਸੇ ਅੰਦਰ ਰੱਖਿਆ ਸੀਗੇ ਤੇ 10 ਕੁ ਦਿਨ ਵਿਆਹ ਨੂੰ ਰਹਿ ਗਏ, ਹੁਣ ਕੁਛ ਵੀ ਨਹੀਂ ਪਤਾ। ਪੁਲਿਸ ਆਈ ਸੀ? ਹਾਂਜੀ, ਉਹ ਤਾਂ ਮੌਕਾ ਕਰਕੇ ਗਏ, ਦੇਖ ਦੁੱਖ ਕੇ ਜਾ ਲਵਾਂਗੇ, ਸਰਪੰਚ ਵੀ ਆਇਆ ਸੀਗਾ। ਸਾਰਾ ਕੁਝ ਦੇਖ ਕੇ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਤੋਂ? ਦੇਖੋ ਜੋ ਗਵਰਨਰ ਕਰ ਸਕਦੇ ਮੈਨੂੰ। ਕੀ ਨਾਮ ਤੁਹਾਡਾ? ਬਸ਼ੀਰ। ਬਸ਼ੀਰ ਜੀ, ਕੀ ਮਾਮਲਾ ਹੋਇਆ ਰਾਤੀ? ਭਾਜੀ ਪਤਾ ਕੋਈ ਨਹੀਂ, 2 ਵਜੇ ਤੋਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਸਾਨੂੰ ਕੋਈ ਪਤਾ ਨਹੀਂ, ਕੋਈ ਸਪਰੇਅ ਸੁੱਟ ਗਏ ਸੀਗੇ, ਕੋਈ ਪਤਾ ਨਹੀਂ ਕੀ ਹੋਇਆ, ਕੀ ਲੈ ਗਏ, ਕੀ ਹੋਇਆ, ਠੀਕ ਹੈ। ਮੋਬਾਈਲ ਵੀ ਲੈ ਗਏ ਸੀ ਮੇਰਾ, ਠੀਕ ਹੈ, ਜਿਹੜੀ ਟੂਮਾਂ ਸੀਗੀਆਂ, ਪੈਸੇ ਸੀਗੇ, ਸਭ ਕੁਝ ਲੈ ਗਏ ਸੀ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਅਸੀਂ ਇਹ ਹੀ ਮੰਗ ਕਰਦੇ ਵੀ ਜਲਦ ਤੋਂ ਜਲਦ ਸਾਨੂੰ ਇਨਸਾਫ ਮਿਲਿਆ ਜਾਵੇ। ਕੀ ਨਾਮ ਤੁਹਾਡਾ? ਮੇਰਾ ਆਸ਼ਕਲ। ਅੱਛਾ, ਤੇ ਕੀ ਰਾਤੀ ਕੀ ਹੋਇਆ ਸੀ? ਰਾਤ ਨੂੰ ਪੈਸੇ ਪੁਸੇ ਤੇ ਕੋਈ ਗਹਿਣੇ ਗੁਣੇ ਚੋਰੀ ਕਰਕੇ ਰਾਤ ਲੈ ਗਏ। ਚੋਰ? ਹਾਂਜੀ। ਕਿੰਨੇ ਘਰ ਸੀਗੇ ਜਿਹੜੇ ਚੋਰੀ ਹੋਏ? ਲਗਭਗ ਇਹ 4-5 ਘਰ ਹੈ, ਮਤਲਬ 4 ਘਰ ਤੇ ਇੱਥੇ ਤੇ 1 ਘਰ ਉਹ ਥੱਲੇ ਕਰਕੇ ਜਾ ਕੇ। ਅਸੀਂ ਸੁੱਤੇ ਹੀ, ਸਾਨੂੰ ਪਤਾ ਕਿਉਂ ਲੱਗਾ ਇਸ ਟਾਈਮ? ਕੀ ਨੁਕਸਾਨ ਹੋਇਆ ਲਗਭਗ? ਮਤਲਬ ਪੈਸੇ ਤੇ ਗਹਿਣੇ ਗੁਣੇ ਮਤਲਬ ਲੈ ਗਏ ਕੱਟ ਗਏ। ਪੁਲਿਸ ਆਈ ਸੀ? ਹਾਂਜੀ, ਪੁਲਿਸ ਜਿਹੜੇ ਆਏ, ਮੌਕਾ ਕਰਕੇ ਗਈ ਪੁਲਿਸ। ਅਸੀਂ ਇਹ ਕਹਿੰਦੇ ਸਾਡਾ ਮਤਲਬ ਜਿਹੜਾ ਹੈਗਾ ਜੋ ਪ੍ਰਸ਼ਾਸਨ ਤੋਂ ਹੱਲ ਹੁੰਦਾ, ਕਾਰਵਾਈ ਕਰੋ। ਕੀ ਨਾਮ ਤੁਹਾਡਾ? ਮੇਰਾ ਨਾਮ ਹਸਨਦੀਨ। ਹਸਨਦੀਨ ਜੀ, ਕੀ ਮਾਮਲਾ ਹੋਇਆ ਰਾਤ ਜਿਹੜੀ ਚੋਰੀ ਹੋਈ ਹੈ ਤੁਹਾਡੇ ਡੇਰਿਆਂ ਦੇ ਵਿੱਚ? ਦੇਖੋ ਰਾਜ ਸਾਡੇ ਨਾ 4-5 ਡੇਰਿਆਂ ਚੋਰੀ ਹੋਈ ਹੈ, ਤੇ ਆ ਮੁੰਡਾ ਮੇਰਾ ਬਸ਼ੀਰ, ਕੋਈ 2 ਤੋਂ ਲੈ ਕੇ ਨਾ ਮਤਲਬ 5 ਤੋਂ ਅੰਦਰ ਅੰਦਰ ਚੋਰੀ ਹੋਈ, ਕੋਈ ਇੱਦਾਂ ਦੀ ਕੋਈ ਸਪਰੇਅ ਕੋਈ ਦਵਾਈ ਮੁੰਡੇ ਦੇ ਵੀ ਸੁੱਟਤੀ, ਮੁੰਡੇ ਨੂੰ ਅਜੇ ਹੋਸ਼ ਨਹੀਂ ਆਉਣ ਡਈ, ਬਾਕੀ ਕੁੱਤੀ ਹੈ ਇੱਕ ਬੱਚੇ ਸੂਈ ਦੀ, ਉਹ ਵੀ ਅਜੇ ਹੋਣ ਉੱਠਣ ਲੱਗੀ, ਉਹ ਤੋਂ ਵੀ ਕੋਈ ਸਪਰੇਅ ਕਰਦੀ, ਤੇ ਇੱਕ ਮੇਰਾ ਭਰਾ ਹੈ, ਮੇਰੀ ਸਕੀ ਭਤੀਜੇ ਦਾ ਵਿਆਹ ਸੀ, ਉੱਥੋਂ ਟੂਮਾਂ ਵੀ ਲੈ ਗਏ ਸਾਰੀਆਂ, ਰੁਪਈਆ ਵੀ ਕੋਈ 72,000 ਲੈ ਗਏ, ਰਿਸ਼ਤਿਆਂ ਜ਼ਮੀਨ ਦੀਆਂ ਉਹ ਵੀ ਲੈ ਗਏ, ਅਤੇ ਸਾਡੇ ਇਹੋ ਯਾਰ ਦੇ ਪ੍ਰਸ਼ਾਸਨ ਅੱਗੇ ਵੀ ਸਾਡੇ ਕੋਲ ਸਾਡਾ ਨਿਆਂ ਹੋਣਾ ਚਾਹੀਦਾ, ਸਾਡੇ ਕੋਲ ਚੋਰੀ ਸਾਨੂੰ ਮਿਲਣੀ ਚਾਹੀਦੀ ਹੈ, ਬਾਕੀ ਚੋਰਾਂ ਨੂੰ ਜਲਦ ਤੋਂ ਜਲਦ ਜਿੰਨੀ ਕੁਛ ਹੋਏ ਫੜੋ ਇਹਨਾਂ ਨੂੰ, ਹੋਰ ਅਸੀਂ ਕੀ ਕਹਿ ਸਕਦੇ ਹਾਂ ਹੁਣ।